ਇੱਕ ਤਾਂ ਦੇ ਨਿਸ਼ਾਨ ਜੇ ਨਾ ਪਤਾ ਨਹੀਂ ਕਾਹਦੇ ਪੈ ਜਾਂਦੇ ਨੇ, ਪਾਣੀ ਦੇ ਦਾਗ ਪੈ ਜਾਂਦੇ ਨੇ। ਵਰਿੰਦਰ ਦਾ ਫੋਨ। ਹੈਲੋ ਹੈਲੋ ਹੈਲੋ, ਆਵਾਜ਼ ਤਾਂ ਆ ਨਹੀਂ ਰਹੀ। ਨਾ ਮੇਰੇ ਫੋਨ ਨੂੰ ਕਿਉਂ ਚੱਕਿਆ ਤੂੰ? ਮੈਂ ਚੱਕੇ ਨਾ, ਤੈਨੂੰ ਕਿੰਨੇ ਵਾਰੀ ਕਿਹਾ ਮੇਰੇ ਫੋਨ ਨੂੰ ਨਾ ਹੱਥ ਲਾਇਆ ਕਰ। ਵਰਿੰਦਰ ਮੈਂ ਤਾਂ ਇਹ ਤੋਂ ਬਾਅਦ ਨਾ ਮੇਰੇ ਫੋਨ ਚੱਕੀ ਦੀਦੀ ਹੱਥ ਤੋੜ ਦੂੰ ਤੇਰੇ। ਚਾਦਰੋਂ ਲੈਪਟਾਪ ਲੈ ਕੇ ਆ ਮੇਰਾ। ਹੈਲੋ, ਉਹ ਸੋਰੀ ਯਾਰ, ਉਹ ਮੈਂਟਲ ਜੀ ਨੇ ਫੋਨ ਚੱਕ ਲਿਆ ਸੀਗਾ। ਹਾਂ ਹਾਂ, ਇੱਕ ਦੋ ਦਿਨਾਂ ਤੱਕ ਤਲਾਕ ਇਹਨੂੰ ਮੈਂ ਦੇਈ ਦਊਂਗਾ, ਤੂੰ ਬਸ ਚੂੜਾ ਪਾਉਣ ਦੀ ਤਿਆਰੀ ਕਰ। ਨਾਲੇ ਸ਼ਾਮ ਨੂੰ ਹਾਂ ਪਾਰਕ 'ਚ ਮਿਲਦੇ ਹਾਂ ਆਪਾਂ, ਤੇਰੇ ਵਾਸਤੇ ਗਿਫਟ ਵੀ ਲਿਆਂਦਾ ਹੋਇਆ ਮੈਂ। ਹਾਂਜੀ ਹਾਂਜੀ, ਚਲੋ ਮੈਂ ਤੁਹਾਨੂੰ ਕਰਦਾ ਪੈਕ। ਨਾ ਮੇਰੇ ਸਿਰਹਾਣੇ ਖੜੇ ਕੀ ਕਰਦੀ ਆ, ਕੰਮ ਕਰ ਲਾ ਆਪਦਾ ਜਾ ਕੇ। ਪਤਾ ਨਹੀਂ ਕੀ ਮੰਗਦੀ ਰਹਿੰਦੀ ਆ ਸਾਰਾ ਦਿਨ ਇਹ। ਕੀ ਗੱਲ ਹੋਏ, ਤੇਰਾ ਕੋਈ ਜ਼ਿਆਦਾ ਦਿਮਾਗ ਖਰਾਬ ਹੈ? ਕੁੜੀ ਨੂੰ ਗੱਲ ਗੱਲ ਤੇ ਲੜਦਾ ਰਹਿੰਦਾ, ਤੈਨੂੰ ਚੰਗੀ ਨਹੀਂ ਲੱਗਦੀ ਇਹ, ਬੁਰੀ ਲੱਗਦੀ ਹੈ? ਨਾ ਬੁਰੀ ਲੱਗਣ ਨੂੰ ਮੈਂ ਤੇ ਗੋਲੀ ਮਾਰੀ ਆ, ਇਹਨੂੰ 50 ਵਾਰੀ ਕਹਿਤਾ ਮੇਰੇ ਫੋਨ ਤੇ ਨਾ ਹੱਥ ਲਾਇਆ ਕਰੇ ਇਹ। ਨਾ ਹੱਥ ਲਾਉਣ ਨੂੰ ਕਿਸੇ ਖਾ ਗਈ ਹੋਏ, ਇਹ ਤੇਰੀ ਮਾਂ ਚ ਇਹਦੇ 'ਚ ਕੀ ਰੱਖਿਆ ਹੈ? ਜਾ ਕੇ ਬਗਲ 'ਚ ਪਸ਼ੂਆਂ ਨੂੰ ਕੱਖ ਪਾ ਦੇ। ਨਾ 100 ਮੇਰੇ ਜ਼ਰੂਰੀ ਕੰਮ ਨੇ, ਨਾ ਹੁਣ ਪਸ਼ੂਆਂ ਨੂੰ ਕੱਖ ਪਾਉਂਦਾ ਮੈਂ ਸੋਹਣਾ ਲੱਗਦਾ? ਉਹ ਸੋਹਣਾ ਲੱਗਣ ਵਾਲੀ ਕੀ ਗੱਲ ਹੈ, ਨਾਲੇ ਹੁਣ ਮੈਂ ਬੁੱਢਾ ਹੋ ਗਿਆ, ਮੇਰੇ ਹੱਡ ਬੁੜੇ ਹੋ ਗਏ, ਹੁਣ ਸਾਰੀ ਉਮਰ ਮੈਂ ਤਾਂ ਨਹੀਂ ਕੱਖ ਪਾਈ ਜਾਊਂਗਾ। ਉਹ ਬਾਪੂ ਮੇਰੀ ਗੱਲ ਸੁਣ, ਆਹ ਬੰਨੇ ਤੇਰੇ ਮੂਹਰੇ ਹੱਥ, ਮੈਥੋਂ ਨਹੀਂ ਤੇਰੇ ਨਾਲ ਭਕਾਈ ਵੱਜਦੀ ਹੈਗੀ। ਲੈ ਦੇਖ ਲਾ ਪੁੱਤ, ਆਓ ਗਿਆ। ਦੇਖ ਲਓ ਬਾਪੂ ਜੀ, ਐਵੇਂ ਬਿਨਾਂ ਗੱਲ ਤੋਂ ਮੈਨੂੰ ਬੋਲਦੇ ਰਹਿੰਦੇ ਨੇ, ਮੇਰਾ ਕੀ ਕਸੂਰ ਸੀ? ਮੈਂ ਤਾਂ ਫੋਨ ਚੱਕ ਕੇ ਦੇਖਦੀ ਸੀ ਵੀ ਫੋਨ ਕਿਹਦਾ ਆਇਆ। ਉਹ ਧੀਏ, ਇਹ ਤਾਂ ਕੰਜਰ ਹੈ, ਇਹ ਤਾਂ ਬਹੁਤ ਕੰਜਰ ਹੈ, ਤੂੰ ਐਂ ਕਰ, ਨਾ ਤਾਂ ਇਹਨੂੰ ਕੋਈ ਕੰਮ ਦਾ ਫਿਕਰ ਹੈ, ਚੱਲ ਮੇਰੀ ਧੀ ਮੇਰੇ ਨਾਲ, ਆਪਾਂ ਕਾਹ ਕੰਡਾ ਪਾ ਕੇ ਆਈਏ ਬਾਗਲ 'ਚ। ਆਜੋ। ਹਾਂ ਮੇਰੀ ਧੀ। ਬਾਪੂ ਜੀ ਤੁਸੀਂ ਅੰਦਰ ਬੈਠੋ, ਮੈਂ ਨਾ ਹੱਥ ਧੋ ਕੇ ਚਾਹ ਬਣਾ ਲਾਂ। ਚੰਗਾ ਪੁੱਤ। ਹੁਣ ਫੇਰ ਫੋਨ ਤੇ ਲੱਗੇ ਪਏ ਆ, ਕਮਾਲ ਹੈ, ਪਤਾ ਨਹੀਂ ਇਹੋ ਜਿਹਾ ਕਿਹੜਾ ਜ਼ਰੂਰੀ ਕੰਮ ਹੁੰਦਾ ਜਿਹੜਾ 24 ਘੰਟੇ ਕੰਨ ਤੋਂ ਫੋਨ ਹੀ ਨਹੀਂ ਉਤਰਦਾ ਹੈਗਾ। ਮੈਨੂੰ ਚੋਰੀ ਉਹਨਾਂ ਦਾ ਪਾਸਵਰਡ ਪਤਾ ਕਰਕੇ ਫੋਨ ਚੈੱਕ ਕਰਨਾ ਹੀ ਪੈਣਾ। ਹਾਂਜੀ ਹਾਂਜੀ, ਉਹ ਕੋਈ ਗੱਲ ਨਹੀਂ, ਮੈਂ ਟਾਈਮ ਨਾਲ ਆਪੇ ਆ ਜਾਊਂਗਾ। ਹਾਂ ਹਾਂ ਕੋਈ ਨਾ, ਕਿਉਂ ਉਹ ਤੁਰ ਜਾ ਤੁਰ ਜਾ, ਚਾਹ ਬਣਾ ਲਾ ਜਾ ਕੇ। ਇੱਧਰ ਕੀ ਝਾਕਦੀ ਹੈ? ਹਾਂਜੀ ਬਣਾਉਂਦੀ ਹਾਂ। ਹੁਣ ਬੋਲੋ। ਲੋ ਬਾਪੂ ਜੀ ਚਾਹ ਲਿਆ। ਪੁੱਤਾ ਵਰਿੰਦਰ ਕਿੱਥੇ ਆ? ਵਰਿੰਦਰ ਇੱਥੇ ਫਿਰਦਾ ਹੋ ਪੁੱਤਾ, ਤੂੰ ਧਰ ਦੇ ਆਪੇ ਚੱਕ ਕੇ ਪੀ ਲੂਗਾ, ਆ ਟੇਬਲ ਤੇ ਧਰ ਦੇ। ਪਤਾ ਨਹੀਂ ਕਿੰਨਾ ਔਖਾ ਪਾਸਵਰਡ ਲਾਇਆ। ਜਦੋਂ ਤੱਕ ਇਹਦਾ ਪਾਸਵਰਡ ਨਹੀਂ ਨਾ ਪਤਾ ਲੱਗਦਾ, ਉਦੋਂ ਤੱਕ ਮੈਂ ਤਾਂ ਫੋਨ ਵੀ ਨਹੀਂ ਚੈੱਕ ਕਰ ਸਕਦੀ। ਵਰਿੰਦਰ ਆ ਕੇ ਚਾਹ ਪੀ ਲਓ। ਓਏ ਆ ਜਾ ਭਾਈ ਮੁੰਡਿਆ, ਤਾਰਾਂ ਕਢਾ ਦੇ ਮੇਰੇ ਨਾਲ। ਵਰਿੰਦਰ ਬਾਪੂ ਜੀ ਬੋਲ ਮਾਰੀ ਜਾਂਦੇ, ਤੁਹਾਨੂੰ ਤਾਰਾਂ ਕਢਵਾਉਣੀਆਂ ਨੇ। ਮੈਂ ਜੀ ਤੈਨੂੰ ਹੀ ਪਈ ਆ, ਤੂੰ ਕਰ ਲੈ ਕੰਮ ਜਾ ਕੇ। ਉਹ ਆ ਗਏ ਬਾਪੂ ਜੀ। ਉਹ ਨਾ ਤਾਂ ਤੂੰ ਖੇਤੋਂ ਕੱਖ ਵੱਢ ਕੇ ਲਿਆਉਣਾ, ਨਾ ਤੂੰ ਕੁਤਰੇ ਕਤਰਾਏ ਘਰੇ ਪਾਉਣਾ, ਉਹ ਤਾਰਾਂ ਵੀ ਨਹੀਂ ਕਢਾ ਸਕਦਾ ਮੇਰੇ ਨਾਲ ਤੂੰ। ਉਹ ਬਾਪੂ ਮੈਂ ਇੱਕ ਜ਼ਰੂਰੀ ਕੰਮ ਜਾਣਾ, ਨਾਲੇ ਮੇਰੀ ਗੱਲ ਸੁਣ, ਆ ਤੇਰੇ ਸੜੇ ਜੇ ਕੰਮ ਨਾ ਮੈਥੋਂ ਨਹੀਂ ਹੁੰਦੇ ਹੈਗੇ। ਆਹੋ ਆਹੋ, ਤੈਨੂੰ ਮੇਰੇ ਕੰਮ ਤਾਂ ਸੜੇ ਹੋਏ ਲੱਗਦੇ ਨੇ, ਅਤੇ ਤੇਰੇ ਕੰਮ ਰੱਬ ਹੀ ਜਾਣੇ ਕਿਹੋ ਜਿਹੇ ਕਰਦਾ। ਉਹ ਬਣ ਜਾ ਬਾਪੂ ਯਾਰ। ਹੈਲੋ, ਹਾਂਜੀ ਹਾਂਜੀ, ਬਸ ਮੈਂ 5 ਮਿੰਟਾਂ 'ਚ ਹੀ ਆਇਆ, ਠੀਕ ਹੈ? ਓਕੇ ਓਕੇ ਓਕੇ। ਕਿਹਦਾ ਫੋਨ ਸੀ? ਨਾ ਤੂੰ ਮੈਥੋਂ ਟਿੰਡੀਆਂ ਲੈਣੀਆਂ ਨੇ, ਕਿਸੇ ਮਰਜ਼ੀ ਦਾ ਹੋਵੇ। ਮੈਂ ਤਾਂ ਵੈਸੇ ਪੁੱਛਿਆ ਵਰਿੰਦਰ। ਮੈਨੂੰ 100 ਕੰਮ ਹੁੰਦੇ ਨੇ।
तेरे जवाब देने लिए मैं बेला नहीं हैगा। पता नहीं ये जो केड़े काम होंदे ने, ना बापू कोई राह देंदे तां ना मैनू देंदे आ। होर भैण की हाल आ? वधिया भैण, तू दस किवें आ? ठीक हाँ। किवें बैठी है कल्ली जी? ना मैं तो उई बह गई सी, किवें आने हो गए? उई आई सी मैं तो तैनू मिलना, उई तो कानू बह के उदास जी लगती सी मैनू। की दसा बड़ी उदास है हुण मैं, मेरे तो ना वरिंदर ने बड़ा लहू पीता होया है। क्यों की हो गया? होना की सीगा, सारी दिहाड़ी फोन ते लगे रहिंदा है, पता नहीं उहनू किहदे फोन आउंदे ने किहदे ना, रब ही जाणदा। जे मैं फोन चैक करन गई ਉਹ ਤੇ ਪਾਸਵਰਡ ਲਾਈ ਬੈਠਾ, ਮੈਨੂੰ ਪਾਸਵਰਡ ਦਾ ਵੀ ਨਹੀਂ ਪਤਾ। ਜੇ ਮੈਂ ਚੱਕਣ ਲੱਗ ਜਾਂ ਤੇ ਚਾਰੇ ਪੈਰ ਚੱਕ ਕੇ ਪੈਂਦਾ, ਨਾ ਕੋਈ ਕੰਮ ਦਾ ਡੱਕਾ ਦੌੜਦਾ। ਆ ਖੇਤ ਬੰਨੇ ਜਾਣਾ ਹੋਵੇ ਵਾ, ਮੈਂ ਡੰਗਰਾਂ ਨੂੰ ਕੱਖ ਪਾਉਣੇ ਹੋਣ, ਧਾਰਾਂ ਕੱਢਣੀ ਹੋਣ, ਸਾਰੇ ਕੰਮ ਬਾਪੂ ਕਰਦਾ। ਨੀ ਭੈਣੇ, ਇਕੱਲਾ ਤੈਨੂੰ ਹੀ ਨਹੀਂ ਪਤਾ, ਸਾਰੇ ਬੀੜ ਨੂੰ ਤਾਂ ਪਤਾ ਹੈਗਾ ਵੀ ਕਿਸੇ ਹੋਰ ਨਾਲ ਗੱਲਾਂ ਮਾਰਦਾ ਉਹ। ਅੱਛਾ, ਹੋਰ ਕਿਵੇਂ, ਕੋਈ ਗੱਲ ਹੈਗੀ ਆ? ਪੂਰੀ ਗੱਲ ਤਾਂ ਦੱਸ ਦੇ ਮੈਨੂੰ। ਨਹੀਂ, ਤੈਨੂੰ ਇਹ ਸਮਝ ਨਹੀਂ ਹੈਗੀ, ਤੂੰ ਭੋਲੀ ਆ। ਤੇ ਮੇਰੀ ਗੱਲ ਸੁਣ, ਜੇ ਤੂੰ ਉਹਨੂੰ ਸੁਧਾਰਨਾ ਨਾ, ਤਾਂ ਤੈਨੂੰ ਕੋਈ ਸਕੀਮ ਲਾਉਣੀ ਪਊਗੀ। ਸਕੀਮ ਕਿਹੜੀ ਲਾਵਾਂ ਮੈਡੀਏ? ਇੱਕ ਤਾਂ ਮੈਨੂੰ ਕੋਈ ਦੱਸਣ ਵਾਲਾ ਨਹੀਂ ਹੈਗਾ ਵੀ ਮੈਂ ਇਹੋ ਜਿਹਾ ਕੀ ਕਰਾਂ। ਸ਼ੱਕ ਤਾਂ ਮੈਨੂੰ ਵੀ ਉਹ ਤੇ ਹੁੰਦਾ ਹੀ ਹੈ ਵੀ ਕੋਈ ਨਾ ਕੋਈ ਗੱਲ ਤਾਂ ਹੈਗੀ ਆ, ਐਵੇਂ ਥੋੜ੍ਹੀ ਕਿਸੇ ਦਾ ਫੋਨ ਆਉਂਦਾ ਉਹਨੂੰ। ਨੀ ਸ਼ੱਕ ਕੀ, ਪੱਕੀ ਹੈ ਗੱਲ। ਤੇ ਮੇਰੀ ਗੱਲ ਸੁਣ, ਜਿੰਨੇ ਵੀ ਤੇਰੇ ਨੰਬਰ ਨੇ ਨਾ, ਸਾਰਿਆਂ 'ਤੇ ਤੂੰ ਹੱਟ ਜਿਹਾ ਭਰ ਲਿਆ, ਉਹ ਦਿਲ ਜਿਹਾ ਨਹੀਂ ਹੁੰਦਾ? ਹਾਂ, ਉਹ ਦਿਲ ਜਿਹਾ ਭਰ ਲੈ। ਉਹਦੇ ਨਾਲ ਕੀ ਹੋਜੂ? ਨਹੀਂ, ਬਹੁਤ ਕੁਛ ਹੋ ਜੂਗਾ, ਤੂੰ ਇੱਕ ਵਾਰ ਭਰ ਕੇ ਤਾਂ ਵੇਖ, ਤੇਰੇ ਤਾਂ ਉਹ ਪਿੱਛੇ ਪਿੱਛੇ ਫਿਰੂਗਾ। ਨਾਲੇ ਤੂੰ ਉਹਨੂੰ ਇਗਨੋਰ ਕਰਿਆ ਕਰ ਜਿੰਨਾ ਹੋ ਸਕੇ, ਐਵੇਂ ਉਹਦੀ ਪੁੱਛ ਪੁੱਛ ਜੀ ਨਾ ਕਰਿਆ ਕਰ ਵਾਲੀ। ਹਾਂ, ਮੈਂ ਵੀ ਆਪਦਾ ਦਿਲ ਜਿਹਾ ਭਰ ਕੇ ਨਾ ਕਿਸੇ ਦਾ ਨੰਬਰ ਸੇਵ ਕਰਾਂ, ਨੰਬਰ ਤਾਂ ਮੈਂ ਆਪਦੇ ਭਰਾ ਦਾ ਹੀ ਸੇਵ ਕਰ ਲੂੰ। ਜਦੋਂ ਇਹਨੂੰ ਮੇਰੇ 'ਤੇ ਸ਼ੱਕ ਹੋਇਆ ਨਾ ਵੀ ਮੈਂ ਕਿਹਦੇ ਨਾਲ ਚੈਟਾਂ ਕਰਦੀ ਹਾਂ, ਇਹ ਫਿਰ ਮੇਰੇ ਕੋਲ ਆਊ। ਆਹੋ, ਫਿਰ ਇਹਨੂੰ ਪਤਾ ਲੱਗੂ ਵੀ ਮੈਂ ਤਾਂ ਆਲੇ ਦੁਆਲੇ ਮੂੰਹ ਮਾਰਦਾ ਹੀ ਰਹਿ ਗਿਆ। ਗੱਲ ਸਹੀ ਹੈ ਤੇਰੀ, ਆਹਦਾ ਸਕੀਮ ਬਾਲੀ ਵਧੀ ਦੱਸਦੀ ਮੈਂ। ਚੱਲ ਐਂ ਕਰ, ਮੈਂ ਨਾ 2:30 ਕੇ ਚਾਹ ਬਣਾ ਕੇ ਲੈ ਕੇ ਆਉਂਦੀ, ਨਾਲੇ ਤੂੰ ਪੀ ਲਈ। ਨਾ ਨਾ, ਮੈਂ ਨਹੀਂ ਚਾਹ ਪੀਣੀ ਭੈਣੇ। ਪੀ ਲਈ? ਨਾ, ਮੈਂ ਤਾਂ ਚੱਲੀ, ਬਸ ਮੈਂ ਤਾਂ ਇਹ ਹਾਲ ਚਾਲ ਪੁੱਛਣਾ ਹੀ ਸੀ ਤੇਰਾ। ਚੱਲ ਠੀਕ ਹੈ, ਠੀਕ ਹੈ, ਧਿਆਨ ਰੱਖੀ ਚੰਗਾ ਫਿਰ। ਹਾਂ ਹਾਂ, ਕੋਈ ਨਾ। ਸਕੀਮ ਤਾਂ ਵਧੀਆ ਦੱਸ ਕੇ ਗਈ ਹੈ ਮੈਨੂੰ, ਪਰ ਮੈਂ ਅਰਸ਼ ਨੂੰ ਫੋਨ ਕਰਕੇ ਸਾਰਾ ਕੁਝ ਦੱਸਦਾ। ਲਪ੍ਰੀਤ, ਪਾਣੀ ਲੈ ਕੇ ਦੇ ਯਾਰ। ਉਹ ਲਪ੍ਰੀਤ, ਲਿਆ ਦੇ ਪਾਣੀ। ਨਾ ਤੈਨੂੰ ਸੁਣਦਾ ਨੀ ਹੈਗਾ? ਕਿਉਂ ਦਿਮਾਗ ਖਰਾਬ ਕਰਦੇ ਹੁੰਦੇ ਹੋ ਵਰਿੰਦਰ? ਮੈਂ 2 ਵਾਰੀ ਕਹਿ ਤਾ ਮੈਂ ਪਾਣੀ ਲਿਆ ਕੇ ਦੇ ਸਕਦੀ ਤੂੰ? ਤੁਹਾਨੂੰ ਪਤਾ ਨੀ ਮੈਂ ਜ਼ਰੂਰੀ ਕੰਮ ਕਰੀ ਜਾਂਦੀ ਹਾਂ। ਆ ਤੂੰ ਜਵਾਬ ਜਾ ਕੇ ਤੂੰ ਦੇਣ ਲੱਗ ਗਈ, ਦੱਸੀ ਮੈਨੂੰ। ਜਵਾਬ ਦਿੱਤਾ ਜਾਂਦਾ ਕਦੇ ਕਦੇ ਬੰਦੇ ਤੋਂ ਜਦੋਂ ਜ਼ਰੂਰੀ ਕੰਮ ਹੋਵੇ। ਤੁਸੀਂ ਆਪ ਚੱਕ ਕੇ ਵੀ ਪੀ ਸਕਦੇ ਹੋ, ਰੱਬ ਨੇ 2 ਹੱਥ ਦਿੱਤੇ ਹੋਏ ਆ ਤੁਹਾਨੂੰ। ਨਾ ਇਹੋ ਜਿਹਾ ਕਿਹੜਾ ਜ਼ਰੂਰੀ ਕੰਮ ਹੈ ਤੇਰਾ? ਹੈਲੋ, ਹਾਂਜੀ ਹਾਂਜੀ, ਵਧੀਆ, ਤੁਸੀਂ ਦੱਸੋ ਕਿਵੇਂ ਹੋ? ਤਾਂ ਮੈਂ ਬਾਅਦ ਚ ਦੱਸੂਗਾ ਪਤਾ। ਹਾਂਜੀ, ਦੇਖਿਆ ਹੁਣ ਆਪਦੇ ਬਾਰੇ ਕਿਵੇਂ ਮਿਰਚਾਂ ਲੱਗਦੀਆਂ ਨੇ। ਹਲੇ ਤਾਂ ਸ਼ੁਰੂਆਤ ਹੋਈ, ਅੱਗੇ ਅੱਗੇ ਦੇਖਦਾ ਜਾਈ ਤੂੰ। ਓਲਾ ਪ੍ਰੀਤ, ਤੈਨੂੰ ਤਰਸ ਨਹੀਂ ਆਉਂਦਾ ਮੇਰੇ ਤੇ? ਮੈਨੂੰ ਲੱਗਦਾ ਤੇਰੇ ਕੰਨ ਤੇ ਜੂੰ ਸਰਕ ਹੀ ਨਹੀਂ ਹੈ ਨਾ। ਚੱਲ ਪਾਣੀ ਫੜਾ ਦਾ, ਕਦੋਂ ਦਾ ਆਇਆ? ਉਹ ਵਰਿੰਦਰ, ਉਹ ਅੱਜ ਮੇਰਾ ਸਰੀਰ ਠੀਕ ਨਹੀਂ, ਤੂੰ ਕੱਖ ਵੱਧ ਲਿਆ ਪਈ। ਉਹ ਬਾਪੂ, ਕਿਉਂ ਦਿਮਾਗ ਖਾਨਾ ਹੁੰਦਾ ਯਾਰ ਮੇਰਾ? ਦਿਮਾਗ ਖਾਨਾ? ਤੈਨੂੰ ਪਤਾ ਜਦੋਂ ਮੈਥੋਂ ਇਹ ਕੰਮ ਨਹੀਂ ਹੁੰਦੇ ਹੈਗੇ, ਕਿਉਂ ਰੋਜ਼ ਰੋਜ਼ ਆ ਕੇ ਕਹਿਣਾ ਮੈਨੂੰ? ਨਾ, ਇਹਦੇ ਚ ਦਿਮਾਗ ਖਾਣ ਵਾਲੀ ਕਿਹੜੀ ਗੱਲ ਹੈ? ਤੁਹਾਨੂੰ ਪਤਾ ਨਹੀਂ ਹੈਗਾ ਬਾਪੂ ਜੀ ਬੁੱਢੇ ਹੋ ਗਏ, ਉਹਨਾਂ ਤੋਂ ਕੰਮ ਨਹੀਂ ਹੁੰਦਾ ਹੈਗਾ। ਹੁਣ ਮੈਂ ਕਿੰਨਾ ਕੁ ਟਾਈਮ ਉਹਨਾਂ ਦੀ ਹੈਲਪ ਕਰਵਾਉਂਗੀ? ਮੈਥੋਂ ਤਾਂ ਇਹ ਕੰਮ ਹੁੰਦੇ ਨਹੀਂ। ਫਿਰ ਬਾਪੂ ਜੀ, ਤੁਹਾਨੂੰ ਵੀ ਕਰਨ ਦੀ ਕੋਈ ਲੋੜ ਨਹੀਂ ਹੈਗੀ, ਡੰਗਰ ਪਸ਼ੂ ਨਾ ਵੇਚ ਦੋ, ਮੁੱਲ ਦਾ ਦੁੱਧ ਪੀ ਲਿਆ ਕਰਾਂਗੇ। ਉਹ ਹੱਦ ਹੋ ਗਈ ਓਏ, ਉਹ ਹੱਦ ਹੋ ਗਈ ਤੁਹਾਡੇ ਕਨੀਓ, ਉਹ ਮੁੱਲ ਦਾ ਦੁੱਧ ਲੈ ਕੇ ਸੋਥੋਂ ਨਹੀਂ ਪੀਤਾ ਜਾਣਾ। ਜੇ ਇਹ ਕੰਜਰ ਦੀ ਮਾਂ ਜਿਉਂਦੀ ਹੁੰਦੀ ਤਾਂ ਇਹਦੇ ਛਤਰ ਮਾਰ ਕੇ ਮੂਹਰੇ ਲਾਉਂਦੀ, ਹੁਣ ਆਪਾਂ ਨੂੰ ਰਾਹ ਨਹੀਂ ਦਿੰਦਾ ਇਹ। ਆਹੋ, ਉਹ ਤਾਂ ਖਾਣ ਪੀਣ ਵੇਲੇ ਸਾਰਾ ਟੱਬਰ ਅੱਗੇ ਹੋ ਜਾਂਦਾ। ਖਾਣ ਪੀਣ ਨੂੰ ਤੂੰ ਕੀ ਖਾਂਦਾ ਨਹੀਂ, ਤੂੰ ਤਾਂ ਆਪ ਸਭ ਤੋਂ ਮੂਹਰੇ ਹੁੰਦਾ।
चलो कोई ना बापू जी, मैं हेल्प करवा दूंगी थोड़ी। शाबाश पुत्त, तू ही है माड़ा सहारा दिनी है, ये तो सला नलायक आ। उड़ जा भाग जा इतों, जा करा दे बापू नाल काम जाके, पट्टी किसान है ना, कड ला खाए चो भग जा हुण। ਇਹਦੇ ਲੱਛਣ ਜੇ ਵੀ ਮੈਨੂੰ ਬਦਲਦੇ ਲੱਗਦੇ ਨੇ, ਕਰਨਾ ਬੋਲੋ ਟੈਨੂੰ ਵੀ। ਹੋਰ ਕੀ ਹਾਲ ਹੈ ਸੁਣਿਓ? ਅੱਛਾ ਤੁਹਾਨੂੰ ਐਂ ਸੀ ਮੈਂ ਤੁਹਾਡਾ ਬਰਥਡੇ ਭੁੱਲ ਜੂੰਗਾ? ਨਹੀਂ ਨਹੀਂ, ਮੈਨੂੰ ਤਾਂ ਸਾਰੀ ਰਾਤ ਨੀਂਦ ਨਹੀਂ ਆਈ ਵੀ ਕੀ ਗਿਫਟ ਲੈ ਕੇ ਜਾਵਾਂ। ਮੈਨੂੰ ਤਾਂ ਚਾਹੀ ਬੜਾ ਸੀ, ਤਾਂ ਹੀ ਤਾਂ ਤੁਹਾਨੂੰ ਮੈਂ ਪਾਰਕ 'ਚ ਮਿਲਣ ਨੂੰ ਕਿਹਾ ਸੀਗਾ। ਬਸ ਕਿਰਪਾ ਤੁਹਾਡੀ। ਚਲੋ ਮੈਂ ਤੁਹਾਨੂੰ ਰੁਕ ਕੇ ਕਰਦਾ, ਓਕੇ ਓਕੇ, ਬਾਏ ਬਾਏ, ਲਵ ਯੂ, ਬਾਏ। ਕਿੰਨਾ ਘਟੀਆ ਕਿਸਮ ਦਾ ਬੰਦਾ ਇਹ, ਜਦੋਂ ਕੁੱਤਿਆਂ ਤੋਂ ਮੇਰਾ ਹੀ ਨਹੀਂ ਹੋ ਸਕਿਆ ਉਹਦਾ ਕੀ ਹੋਏਗਾ ਤੂੰ? ਸ਼ਰਮ ਤਾਂ ਨਹੀਂ ਆਉਂਦੀ ਤੈਨੂੰ? ਲਵਪ੍ਰੀਤ, ਉਹ ਲਵਪ੍ਰੀਤ, ਮੈਨੂੰ ਲੱਗਦਾ ਇਹਨੂੰ ਵੀ ਬਾਹਲੀ ਹਵਾ ਚੜ੍ਹੀ ਪਈ ਹੈ, ਇਹਦਾ ਫੋਨ ਜਾ ਵੀ ਚੈੱਕ ਕਰਨਾ ਹੀ ਪਊਗਾ। ਫੋਨ ਤਾਂ ਇਹਦਾ ਆ ਪਿਆ ਹੈਂ, ਪਾਸਵਰਡ ਲਾ ਰੱਖਿਆ। ਮੈਨੂੰ ਲੱਗਦਾ ਇੱਥੇ ਸਾਰੀ ਦਾਲ। ਐਕਸਕਿਊਜ਼ ਮੀ, ਮੇਰਾ ਫੋਨ ਕੀ ਤੋਂ ਚੱਕੇ ਪੁੱਛ ਕੇ ਚੱਕਿਆ ਤੁਸੀਂ? ਨਾ ਹੁਣ ਮੈਂ ਪੁੱਛ ਕੇ ਚੱਕਿਆ, ਇਹਨੂੰ ਪਾਸਵਰਡ ਦੱਸ ਕੀ ਹੈ ਇਹਦਾ? ਕਿਉਂ ਮੈਂ ਤੁਹਾਡਾ ਪਾਸਵਰਡ ਪੁੱਛਿਆ ਕਦੇ? ਨਾ ਮੈਂ ਤੁਹਾਡਾ ਫੋਨ ਚੱਕਿਆ ਕਦੇ ਤੁਹਾਡੀ ਬਿਨਾਂ ਪਰਮਿਸ਼ਨ ਤੋਂ? ਇਸ ਤੋਂ ਬਾਅਦ ਨਾ ਮੇਰਾ ਫੋਨ ਨਾ ਚੱਕ ਲਿਓ। ਬੰਦੇ ਵਾਂਗੂ ਪਾਸਵਰਡ ਦੱਸ ਮੈਨੂੰ ਇਹਦਾ। ਮੈਂ ਨਹੀਂ ਦੱਸਦੀ, ਦੱਸਦੇ ਨੂੰ ਪਾਸਵਰਡ, ਆਪ ਰੋਜ਼ ਹੀ ਦੱਸਦਾ ਪਾਸਵਰਡ ਮੈਨੂੰ। ਮੈਨੂੰ ਲੱਗਦਾ ਇਹਦਾ ਥੋੜ੍ਹਾ ਵੀ ਕਰਨਾ ਹੀ ਪਊਗਾ। ਫੜਾ ਫੋਨ, ਦੇਖਦਾ ਕਿਹੜੇ ਆਸ਼ਕਾਂ ਨਾਲ ਗੱਲਾਂ ਕਰਦੀਆਂ ਤੂੰ। ਵਰਿੰਦਰ ਮੇਰਾ ਫੋਨ ਦੇ ਦੋ ਚੁੱਪ ਕਰਕੇ। ਫੋਨ ਦੇ ਦੇ, ਪਾਸਵਰਡ ਦੱਸ ਇਹਦਾ। ਮੇਰਾ ਫੋਨ ਦੇ ਦੇ, ਪਾਸਵਰਡ ਦੱਸ ਇਹਦਾ। ਕਿਉਂ ਤੂੰ ਮੈਨੂੰ ਪਾਸਵਰਡ ਦੱਸਦਾ ਨਹੀਂ ਆਉਂਦਾ? ਦੇਖਦਾ ਕਿਹੜੇ ਆਸ਼ਕ ਨੇ ਤੇਰੇ। ਉਹ ਤੂੰ ਕੁੱਤਾਂ ਵਾਂਗੂ ਪਕਾਈ ਮਰ ਜਾਂਦਾ ਓਏ, ਦੇਖ ਲੈ ਬਾਪੂ ਜੀ ਕਿਵੇਂ ਬੋਲਦਾ ਮੈਨੂੰ। ਉਹ ਬਾਪੂ ਤੈਨੂੰ ਨਹੀਂ ਪਤਾ ਇਹ ਲੋਕਾਂ ਦੇ ਮੁੰਡੇ ਨਾਲ ਗੱਲਾਂ ਕਰਦੀ ਹੈ? ਤੂੰ ਤਾਂ ਮੈਂ ਤੋੜ ਦੇ, ਹੁਣ ਤਾਂ ਮਰ ਕੇ ਰਹੂੰਗਾ। ਤੂੰ ਮੇਰੀ ਨੂੰ ਤੇ ਮੈਨੂੰ ਪੂਰਾ ਭਰੋਸਾ ਹੈ, ਇਹ ਇਹੋ ਜਿਹੀ ਨਹੀਂ ਹੋ ਸਕਦੀ, ਇਹੋ ਜਿਹੀ ਨਹੀਂ ਹੋ ਸਕਦੀ। ਮੈਨੂੰ ਰੌਲਾ ਪਾ ਰੱਖਿਆ। ਮੇਰੀ ਗੱਲ ਸੁਣ ਲਓ ਵਰਿੰਦਰ, ਮੇਰੀ ਲਾਈਫ 'ਚ ਇੰਟਰਫੇਅਰ ਕਰਨ ਦੀ ਕੋਈ ਲੋੜ ਨਹੀਂ, ਨਾ ਮੈਂ ਤੁਹਾਨੂੰ ਕਦੇ ਟੋਕਿਆ ਨਾ ਮੈਨੂੰ ਟੋਕੋ, ਠੀਕ ਹੈ ਨਾ? ਸੁਣ ਲੈ ਕਿ ਵੀ ਟੋਕੋ ਨਾ ਇਹਨੂੰ। ਉਹ ਫਿਰ ਤੂੰ ਵੀ ਤਾਂ ਦੇਖਦਾ ਰਹਿਣਾ ਹੈ, ਜੇ ਇਹਨੇ ਦੇਖ ਲਿਆ ਫਿਰ ਕੀ ਫਾਹਾ ਪੈ ਗਿਆ। ਪਰ ਮੈਂ ਗੱਲਾਂ ਤਾਂ ਨਹੀਂ ਮਾਰਦਾ। ਅੱਛਾ ਗੱਲਾਂ ਨਹੀਂ ਮਾਰਦਾ ਤੂੰ, ਨਾ ਤੇਰੇ ਕੋਲ ਕੀ ਸਬੂਤ ਹੈ ਮੈਂ ਕਿਹਦੇ ਨਾਲ ਗੱਲਾਂ ਮਾਰਦੀ ਆ? ਕੋਈ ਵੀ ਹੋ ਸਕਦਾ, ਕੋਈ ਨਾ ਮੇਰੇ ਰਿਸ਼ਤੇਦਾਰ ਵੀ ਹੋ ਸਕਦਾ। ਸਬੂਤ ਵੀ ਲਿਆ ਦੂੰ ਤੈਨੂੰ, ਮੈਂ ਦੱਸ ਦੇ ਤੁਹਾਨੂੰ। ਇੱਕ ਮਿੰਟ ਪ੍ਰੀਤ, ਪਲੀਜ਼ ਤੂੰ ਚੁੱਪੀ ਕਰ ਜਾ, ਤੂੰ ਨਾ ਸਾਡੀ ਲਾਈਫ ਨੂੰ ਇੰਟਰਫੇਅਰ ਨਾ ਕਰ। ਨਾ ਬੋਲਣ ਵਾਲੇ ਲਵਪ੍ਰੀਤ ਮੈਨੂੰ ਦੱਸ ਲੈਣ ਦੇ ਪਲੀਜ਼। ਬਾਪੂ ਜੀ ਇਹਨੂੰ ਕਹਿ ਦੋ ਇਦੋਂ ਬਾਅਦ ਮੇਰੇ ਫੋਨ ਤੇ ਹੱਥ ਨਾ ਲਾਵੇ, ਮੇਰਾ ਫੋਨ ਹੈ, ਠੀਕ ਹੈ ਨਾ? ਮੈਂ ਕਿਵੇਂ ਮਰਜ਼ੀ ਯੂਜ਼ ਕਰਾਂ। Who are you? ਬਾਪੂ ਦੇਖ ਲੈ, ਐਂ ਤਾਂ ਨਹੀਂ ਹੋ ਸਕਦਾ। ਚੱਲ ਠੀਕ ਹੈ ਤੂੰ ਆ ਜਾ ਮੇਰੇ ਨਾਲ। ਉਹ ਮੈਨੂੰ ਮੇਰੀ ਨੂੰਹ ਤੇ ਪੂਰਾ ਭਰੋਸਾ ਹੈ, ਇਹ ਨਹੀਂ ਇਹੋ ਜੀ ਹੋ ਸਕਦੀ। ਬਾਪੂ ਭਰੋਸੇ ਦੀ ਗੱਲ ਨਹੀਂ ਹੈਗੀ, ਤੈਨੂੰ ਨਹੀਂ ਪਤਾ। ਇਹਨੂੰ ਐਂ ਕਰ ਬਾਪੂ, ਫੋਨ ਕਰ ਦੇ ਦੇ ਭਾਈ ਨੂੰ, ਲੈ ਜੂਗਾ ਇਹਨੂੰ ਇੱਥੋਂ। ਐਵੇਂ ਕਿਵੇਂ ਲੈ ਜੂਗਾ? ਮੇਰਾ ਇਸ ਘਰ 'ਚ ਅੱਧਾ ਹਿੱਸਾ ਹੈਗਾ, ਇਦੋਂ ਬਾਅਦ ਨਾ ਤਾਂ ਮੇਰਾ ਫੋਨ ਚੈੱਕ ਕਰੀ ਤੇ ਨਾ ਤੈਨੂੰ ਪਾਸਵਰਡ ਦੱਸਾਂ ਮੈਂ। ਆ ਜਾ ਤੂੰ, ਬਾਪੂ ਟਿਕਾਣੇ ਦੀ ਗੱਲ ਨੀ, ਅੱਧਾ ਹੀ ਸਮਾਂ ਦੀ ਆ, ਕੱਲ ਨੂੰ ਪੂਰਾ ਹੀ ਸਮਾਂ ਗੂਗੀ। ਤੈਨੂੰ ਕੀ ਪਤਾ ਕਿਹਨਾਂ ਨਾਲ ਚੇਟਾ ਕਰਦੇ ਕਿਹਨਾਂ ਨਾਲ ਨਾ? ਉਹ ਮੈਂ ਤੇਰੇ ਮੂੰਹ ਤੇ ਮਾਰੂ ਕਿਵੇਂ ਕੁੱਤਿਆਂ ਵਾਂਗੂ ਭੌਂਕਦਾ ਹੈ। ਕੁੱਤਿਆਂ ਵਾਂਗੂ ਭੌਂਕਦਾ? ਕੋਈ ਨਾ, ਤੈਨੂੰ ਬਾਅਦ 'ਚ ਪਤਾ ਲੱਗੂਗਾ ਕੀ ਹੈ ਕੀ ਨਾ। ਤਾਂ ਫਿਰ ਪਾਸਵਰਡ ਕਾਹ ਤੂੰ ਨਹੀਂ ਦੱਸਦੀ ਜੇ ਸੱਚੀ ਹੈ? ਮੈਨੂੰ ਉਹਦਾ ਵੀ ਪਤਾ ਹੈ ਤੇ ਤੇਰਾ ਵੀ ਪਤਾ ਹੈ, ਤੂੰ ਕਿੰਨੇ ਕੁ ਪਾਣੀ 'ਚ ਹੈ। ਕੋਈ ਨਾ, ਪਤਾ ਤਾਂ ਮੈਂ ਆਪੇ ਕਰ ਲੂੰਗਾ, ਫਿਰ ਦੱਸੂ। ਜੇ ਨਾ ਵਿਹੜੇ 'ਚ ਖੜਾ ਕੇ ਫੂਕੀ ਨਾ ਇਹ, ਤੁਸੀਂ ਕੀ ਯਾਦ ਰੱਖੋਗੇ? ਲਾਪੀ ਤੂੰ ਮੈਨੂੰ ਬੋਲਣ ਕਿਉਂ ਨਹੀਂ ਦਿੱਤਾ? ਬੋਲ ਕੇ ਕੀ ਫਾਇਦਾ ਸੀ? ਕਿਉਂ ਬੰਦੇ ਨਾ ਆਪਦੇ ਘਰ ਵਾਲੀ ਦੀ ਬਹਾਦਰੀ ਦਿਖਾਉਂਦੇ ਹੁੰਦੇ ਨੇ, ਬਾਹਰੋਂ ਭਾਵੇਂ ਛਿੱਤਰ ਖਾ ਕੇ ਆ ਜਾਣ। ਲੈ ਤੇਰੀ ਤਾਂ ਨਾਲੇ ਗਲਤੀ ਵੀ ਨਹੀਂ ਸੀ, ਉਈ ਤੂੰ ਉਹਦੇ ਤੋਂ ਥੱਪੜ ਖਾਈ ਗਈ। ਥੱਪੜ ਖਾਣੀ ਸੀ ਹੋਰ ਕੀ ਕਰਦੀ ਮੈਂ, ਨਾਲੇ ਤੂੰ ਸਕੀਮ ਦੱਸ ਗਈ ਮੈਨੂੰ। ਫਿਰ ਮੈਂ ਸਕੀਮ ਇਹ ਤਾਂ ਨਹੀਂ ਦੱਸੀ ਤੀ ਵੀ ਉਹ ਤੂੰ ਥੱਪੜ ਖਾਈ ਆ, ਤੂੰ ਜੇ ਤੇਰੀ ਕੋਈ ਗਲਤੀ ਹੀ ਨਹੀਂ ਹੈਗੀ ਤੂੰ ਦੱਸ ਦਿੰਦੀ ਉਹਨੂੰ ਸਾਰਾ ਕੁਛ ਹੋਣਾ, ਵੀ ਤੇਰੀ ਵਾਲੀਆਂ ਕਰਤੂਤਾਂ ਤਾਂ ਨਹੀਂ ਮੈਂ ਕਰਦੀ। ਹਾਲੇ ਉਹਨੂੰ ਨਾ ਫੀਲ ਨਹੀਂ ਹੋਇਆ ਇੰਨਾ, ਜਦੋਂ ਫੀਲ ਹੋ ਗਿਆ ਉਹ ਦੱਸੂਗੀ, ਨਾਲੇ ਮੈਂ ਆਪਦੇ ਭਰਾ ਨੂੰ ਫੋਨ ਕਰਦਾ, ਦੱਸਦਾ ਵੀ ਗੱਲ ਵਾਲੀ ਵੱਧ ਗਈ। ਭਰਾ ਨੂੰ ਹਜੇ ਕਿਉਂ ਫੋਨ ਕਰਨਾ? ਹੋਰ ਕਦੋਂ ਕਰੂੰਗੀ, ਜਦੋਂ ਇੱਕ ਵਾਰ ਹੋਰ ਗੁੱਤ ਨਹੀਂ ਪੱਟਤੀ ਮੇਰੀ ਫੇਰ? ਤੂੰ ਹਜੇ ਥੋੜ੍ਹੀ ਜਿਹੀ ਹੋਰ ਸਕੀਮ ਲਾ, ਜਦੋਂ ਇਹਨੂੰ ਅਕਲ ਆ ਗਈ ਨਾ ਫਿਰ ਕਰੀ।
एक बार मैं अपने भरा दसता दवा। तू मेरी गल मन ले का तू फोन करी जानी आ? एक बार फोन तो कर लैन दे, स्कीम तो ला लेंगे, उही गल बधूगी। ये मेरे भरा फोन करके कहूगा भी लै जो आपदी, फिर की फायदा, इदो पहले मैं ही फोन कर दा। हैलो, हाँ वीरे तुसी आ जाओ अज। कुछ नहीं, बस उन्होंने मेरा फोन देख लिया मैनू किसी नाल चैट करते हुए। हाँ गल वाली बद गई, हुण तां मेरे हाथ भी चकदा उन्हें। ठीक है, इहदे भाई नूं तां मैं फोन करदा, उन्हें भी पता लगे। एक मिनट रुक जाओ रुक जाओ, मेरे भरा नूं ना फोन करन दी कोई लोड़ नहीं, ठीक है ना? मैं आपदे भरा नूं फोन करके ऑलरेडी कहता, अद्धे घंटे दे विच विच आ रहे ने उह। ਉਹ ਪੁੱਤ ਧੀਏ, ਤੂੰ ਤੇਰੇ ਭਰਾ ਨੂੰ ਫੋਨ ਕਿਉਂ ਕਰਨਾ ਸੀ? ਹਜੇ ਆਪਾਂ ਇਹਦੇ ਆਪ ਹੀ ਘਰੇ ਸਿੱਧੀ ਗੱਲ ਕਰ ਲੈਂਦੇ। ਬਾਪੂ ਜੀ ਸਿੱਧੀ ਗੱਲ ਕੀ ਕਰਾਂਗੇ, ਤਾਂ ਮੇਰੇ ਤੇ ਹਜੇ ਦੂਸ਼ਣ ਲਾਈ ਜਾਂਦਾ, ਇਹਨੂੰ ਆਪ ਸ਼ਰਮ ਆਉਣੀ ਚਾਹੀਦੀ ਆ, ਅੱਗੇ ਛੱਜ ਤਾਂ ਬੋਲੇ ਛਾਨਣੀ ਵੀ ਬੋਲੇ। ਉਹ ਬਾਪੂ ਆ ਜਾਣ ਦੇ, ਉਹਨੂੰ ਲੈ ਜੂਗਾ ਪਰਾਂ, ਇਹੋ ਜਿਹੇ ਤੀਵੀਂ ਤਾਂ ਮੈਂ ਘਰੇ ਰੱਖ ਵੀ ਨਹੀਂ ਸਕਦਾ। ਤੂੰ ਕੌਣ ਹੁੰਦਾ ਮੈਨੂੰ ਘਰੇ ਰੱਖਣ ਵਾਲਾ? ਤੂੰ ਮੈਨੂੰ ਘਰੋਂ ਕੱਢ ਕੇ ਦਿਖਾ ਦੀ, ਨਾਲੇ ਉਹ ਮੈਨੂੰ ਲੈਣ ਵਾਸਤੇ ਨਹੀਂ ਆ ਰਿਹਾ, ਤੇਰੀਆਂ ਕਰਤੂਤਾਂ ਦਾ ਪਰਦਾ ਨਾ ਫਾਸ਼ ਕਰਨ ਵਾਸਤੇ ਆ ਰਿਹਾ ਉਹ। ਮੈਂ ਜਾਣਦਾ ਅੰਦਰ ਜਾ ਕੇ ਚੈਟ ਡਿਲੀਟ ਕਰਕੇ ਆਈ ਹੋਏਗੀ, ਇੱਕ ਆ ਦੇਖ ਲੈ, ਆ ਵੀ ਤੇਰੇ ਨਾਲ ਹੈਗੀ ਸੀ ਮੇਰੇ ਨਾਲ, ਇਹਨੂੰ ਪੁੱਛ ਲੈ ਮੈਂ ਚੈਟਾਂ ਡਿਲੀਟ ਕੀਤੀਆਂ ਨੇ ਕਿ ਨਾ। ਇਹ ਤਾਂ ਆਪ ਰਾਜ ਜਾਂਦੀ ਹੈ ਤੇਰੇ ਨਾਲ, ਚੋਰ ਨੂੰ ਸਾਰੇ ਚੋਰੇ ਲੱਗਦੇ ਹੁੰਦੇ ਨੇ, ਨਾਲੇ ਮੈਂ ਉਹ ਤੱਕ ਨਹੀਂ ਆਉਂਦੀ ਜਦੋਂ ਤੱਕ ਨਵੇੜਾ ਨਹੀਂ ਹੁੰਦਾ, ਤੇਰਾ ਕੀ ਪਤਾ ਗੁੱਤਨੀ 'ਚ ਫੇਰ ਧਰਦੇ। ਕੋਈ ਨਾ ਲੱਗ ਜੂ ਪਤਾ, ਆ ਜਾਣਦੇ ਬਾਪੂ ਉਹਨੂੰ ਪਤਾ ਲੱਗ ਜੂ, ਨਾਲੇ ਚੈਟ ਤਾਂ ਮਿੰਟ 'ਚ ਨਿਕਲ ਆਉਂਦੀਆਂ ਹੁੰਦੀਆਂ ਨੇ। ਕੋਈ ਨਾ ਕਢਵਾ ਲਈ ਜਿੱਥੇ ਕਢਵਾਉਣੀਆਂ ਨੇ, ਠੀਕ ਹੈ ਬਾਪੂ? ਹੁਣ ਮੇਰੀ ਗੱਲ ਸੁਣ ਲਓ, ਨਾਲੇ ਤਾਂ ਚੈਟਾਂ ਮੈਂ ਕਢਵਾਉਂ ਤੇ ਨਾਲੇ ਇਹਦੀਆਂ ਕਢਵਾਉਂਗੀ ਚੈਟਾਂ, ਫਿਰ ਪਤਾ ਲੱਗੂ। ਦਿੰਦਾ ਹੀ ਆ ਪੁੱਤ, ਦਿੰਦਾ ਹੀ ਆ, ਸਾਰਾ ਕਰਤੂਤ ਤਾਂ ਇਸੇ ਦੀ ਦਿੰਦੀ ਹੈ, ਇਹ ਸਾਲਾ ਜਿੰਨਾ ਚੋਰ ਨਾਲੇ ਉਨੀਆਂ ਹੀ ਬਾਹਲੀਆਂ ਭਕਾਈਆਂ ਮਾਰਦਾ। ਬਸ ਕੋਈ ਨਾ, ਨਾਲ ਕਹਿੰਦੇ ਹੁੰਦੇ ਆ ਨਾ ਵੀ ਜੇ ਝੁੱਗਾ ਚੱਕਦੇ ਤਾਂ ਆਪਦਾ ਢਿੱਡ ਨੰਗਾ ਹੁੰਦਾ ਹੁੰਦਾ, ਲੱਗ ਜੂ ਪਤਾ ਆਪਦੀਆਂ ਕਹਿੰਦੇ ਕੁੱਛੜ ਚ ਦੂਜਿਆਂ ਦੀ ਹੱਥ ਚ। ਨਾ ਨਾ ਜਦੋਂ ਮੈਂ ਕਹਿਣਾ ਹੁਣ ਕੰਮ ਨੂੰ ਤੈਨੂੰ, ਮੇਰੀ ਤਾਂ ਪਲੀਜ਼ ਚੁੱਪ ਕਰ ਜੋ ਯਾਰ, ਮੇਰੇ ਤੋਂ ਨਹੀਂ ਪਕਾਈ ਨਹੀਂ ਬਾਈ ਦੀ। ਕੋਈ ਨਾ ਜਾਣ ਦੇ ਉਹਨੂੰ, ਜੇ ਮੇਰੀ ਗਲਤੀ ਹੋਈ ਤਾਂ ਮੈਂ ਜਾਊਂਗੀ, ਪਰ ਜੇ ਗਲਤੀ ਹੋਈ ਤਾਂ ਜਾਊਂਗੀ, ਤੁਹਾਡੀ ਗਲਤੀ ਫੇਰ ਤੈਨੂੰ ਮਾਰੂੰਗਾ ਮੈਂ, ਗਲਤੀ ਹੋਈ ਨਾਲੇ ਹੋਰ। ਚਲੋ ਬਾਪੂ ਜੀ ਤੁਸੀਂ ਬੈਠੋ, ਬੈਠੋ ਇੱਥੇ। ਕੋਈ ਨਾ ਬਾਪੂ ਆ ਜਾਣ ਦੇ, ਲੱਗ ਜੂ ਨਾਲੇ, ਤੈਨੂੰ ਵੀ ਪਤਾ ਜਿਹੜੀ ਬਾਲੀ ਇਹਦੀ ਸਾਈਡ 'ਚ ਲੈਣਾ ਤੂੰ। ਉਹ ਨਹੀਂ ਬਾਜਾ, ਤੂੰ ਚੁੱਪ ਕਰਕੇ, ਚੁੱਪ ਕਰਕੇ, ਉਹ ਕੁੜੀ ਬਹੁਤ ਸਿਆਣੀ ਹੈ, ਤੇਰੇ ਨਾਲੋਂ ਵੱਧ ਸਿਆਣੀ ਹੈ। ਤੇਰੀ ਪੁੱਤ ਨਿਕੰਮਾ ਹੋ ਗਿਆ, ਉਸ ਹੋ ਗਈ ਸਿਆਣੀ ਤੈਨੂੰ ਹੁਣ? ਨਾ ਦੀਦਾ ਹੀ ਹੈ ਬੇ ਭਾਈ, ਸਾਰੇ ਪਿੰਡ 'ਚ ਪਤਾ ਹੈ ਤੇਰਾ, ਕਿਉਂ ਬੋਲਣ ਨੂੰ ਮਰਦਾ? ਨਾ ਮੇਰੇ ਬਾਰੇ ਕੀ ਪਤਾ ਕਰ ਲਿਆ ਹੈ? ਪ੍ਰੀਤ ਕੋਈ ਨਾ, ਇਹ ਤਾਂ ਨਵੇੜਾ ਹੋ ਜੂਗਾ, ਚੁੱਪ ਕਰੋ ਤੁਸੀਂ। ਯਕੀਨ ਤੋੜਿਆ ਨਾ ਤੂੰ ਵੀ ਤੇ ਇਹਦਾ ਭਰੋਸਾ ਤੋੜਿਆ ਹੀ ਹੈ, ਨਾਲੇ ਮੈਨੂੰ ਪੂਰਾ ਮਾਣ ਹੈ ਆਪਦੀ ਭੈਣ ਤੇ, ਇਹ ਇਹੋ ਜਿਹੀ ਗਲਤੀ ਨਹੀਂ ਕਰ ਸਕਦੀ। ਨਾ ਮੈਂ ਪਾਗਲ ਹਾਂ ਕਮਾਨ ਨਾ, ਮੈਨੂੰ ਪਤਾ ਨਹੀਂ ਲੱਗਦਾ ਵੀ ਇਹ ਕਿਹਦੇ ਨਾਲ ਚੈਟਾਂ ਕਰਦੀ ਹੈ ਕਿਹਦੇ ਨਾਲ ਨਹੀਂ। ਮੇਰੇ ਨਾਲ ਕਰਦੀ ਹੈ ਚੈਟ ਪਿਛਲੇ 2 ਦਿਨਾਂ ਤੋਂ। ਨਾ ਤੇਰੇ ਕੋਲ ਕੀ ਸਬੂਤ ਆ? ਨਾਲੇ ਇਹਦੀਆਂ ਗਲਤੀਆਂ ਦੇ ਨਾ ਪਰਦਾ ਨਾ ਪਾ ਤੂੰ। ਲਵਪ੍ਰੀਤ ਫੋਨ ਫੜਾ ਤੇਰਾ। ਚੰਗੀ ਤਰ੍ਹਾਂ ਚੈਟ ਦੇਖ ਲਓ, ਹੁਣ ਤਸੱਲੀ ਹੋਣੀ ਚਾਹੀਦੀ ਆ, ਕਿਤੇ ਕੋਈ ਕਮੀ ਨਾ ਰਹਿ ਜੇ। ਉਹ ਪੁੱਤਰਾ, ਉਹ ਜਿਹੋ ਜਿਹਾ ਬੰਦਾ ਆਪ ਹੁੰਦਾ ਨਾ, ਉਹੋ ਜਿਹੀ ਉਹਨੂੰ ਦਿਸਣ ਲੱਗ ਜਾਂਦੇ ਨੇ। ਹੁਣ ਨੀ ਵੀ ਕੇ ਪਾਉਣੇ ਪਰਾਉਣੇ ਆ, ਹੁਣ ਮਿਲ ਗਿਆ ਨਾ ਸਬੂਤ, ਮੈਂ ਉਹਦੇ ਭਰਾ ਨਾਲ ਚੈਟ ਕਰਦੀ ਸੀਗੀ, ਮੈਨੂੰ ਇਹਦਾ ਨੰਬਰ ਜਾਣ ਬੁੱਝ ਕੇ ਦਿਲ ਜੇ ਲਗਾ ਕੇ ਸੇਵ ਕਰਨਾ ਪਿਆ ਬਾਪੂ ਜੀ, ਕਿਉਂਕਿ ਮੈਂ ਇਹਦੀਆਂ ਕਰਤੂਤਾਂ ਨੂੰ ਅੱਗੇ ਲੈ ਕੇ ਆਉਣਾ ਚਾਹੁੰਦੀ ਸੀ। ਮੈਂ ਜਦੋਂ ਵੀ ਇਹਦਾ ਫੋਨ ਫੜਦੀ ਸੀ ਨਾ, ਇਹਨੇ ਮੈਨੂੰ ਹਰ ਵਾਰੀ ਚਾਰੇ ਪੈਰ ਚੱਕ ਕੇ ਪੈਣਾ, ਠੀਕ ਹੈ, ਆਪਦੇ ਫੋਨ ਤੇ ਪਾਸਵਰਡ ਲਾ ਕੇ ਰੱਖਣਾ। ਕੀ ਗੱਲ ਬਾਈ, ਮੈਂ ਆਪਦੇ ਫੋਨ ਤੇ ਪਾਸਵਰਡ ਨਹੀਂ ਲਾ ਕੇ ਰੱਖ ਸਕਦੀ? ਲਾ ਸਕਦੀ ਹੈ ਧੀਏ, ਲਾ ਸਕਦੀ ਹੈ, ਇਹ ਤਾਂ ਤੂੰ ਬਹੁਤ ਵਧੀਆ ਸਕੀਮ ਲਾਈ ਇਹਨੂੰ ਬੰਦਾ ਬਣਾਉਣ ਵਾਸਤੇ। ਨਾਲੇ ਹੁਣ ਤੈਨੂੰ ਬੜਾ ਦੁੱਖ ਲੱਗਿਆ ਜੋ ਤੇਰਾ ਵਿਸ਼ਵਾਸ ਟੁੱਟਿਆ, ਜਿਹੜਾ ਤੂੰ ਇਹ ਟਾਈਮ ਤੇ ਉਹਦਾ ਤੋੜਿਆ ਸੀ। ਨਾਲੇ ਤੈਨੂੰ ਕੀ ਲੱਗਦਾ ਸੀ ਕਿ ਸਾਨੂੰ ਪਤਾ ਨਹੀਂ ਲੱਗਦਾ ਜਿਹੜੇ ਤੂੰ ਬਾਹਰ ਚੱਕਰ ਚਲਾਉਂਦਾ ਫਿਰਦਾ? ਨਾਲੇ ਤੇਰਾ ਤਾਂ ਸਾਰੇ ਪਿੰਡ 'ਚ ਪਤਾ ਵਰਿੰਦਰ, ਜੇ ਤੈਨੂੰ ਲੱਗਦਾ ਹੋਵੇ ਨਾ ਵੀ ਮੇਰੀਆਂ ਕਰਤੂਤਾਂ ਦਾ ਕਿਸੇ ਨੂੰ ਪਤਾ ਨਹੀਂ, ਸਾਰਿਆਂ ਨੂੰ ਪਤਾ, ਬੱਚੇ ਬੱਚੇ ਨੂੰ। ਜੇ ਤਾਂ ਘਰ ਵਾਲੀ ਗਲਤੀ ਹੋਵੇ ਫਿਰ ਤਾਂ ਕਹਿੰਦੇ ਨੇ ਇਹਨੂੰ ਮਾਰ ਕੇ ਦੱਬ ਦਿਓ, ਅੱਗ ਲਾ ਕੇ ਫੂਕ ਦਿਓ, ਇਹ ਬਦਨਾਮੀ ਕਰਾਉਂਦੀ ਹੈ। ਜੇ ਬੰਦਾ ਗਲਤ ਹੋਵੇ ਤਾਂ ਉਹਦੀ ਗਲਤੀ ਨਹੀਂ ਹੁੰਦੀ ਉਹ? ਚਲ ਕੋਈ ਨਾ, ਇੱਕ ਵਾਰੀ ਮਾਫ਼ ਕਰ ਦੇ, ਦੁਬਾਰਾ ਗਲਤੀ ਨਹੀਂ ਕਰਦਾ ਮੈਂ ਪੱਕਾ। ਮੈਂ ਸਾਰਾ ਦਿਨ ਕੰਮ ਕਰਦਾ ਮਰਦਾ ਹੈ ਤੇ ਆਪ ਸਾਰਾ ਦਿਨ ਉਹਦੇ ਫੋਨ 'ਚੋਂ ਨਹੀਂ ਨਿਕਲਦਾ? ਮੈਨੂੰ ਤਾਂ ਵਰਿੰਦਰ ਤੇਰੇ 'ਤੇ ਇੱਕ ਮਿੰਟ ਦਾ ਭਰੋਸਾ ਵੀ ਨਹੀਂ ਹੈਗਾ ਹੁਣ। ਚਲ ਮਾਫ਼ ਕਰ ਦੇ, ਦੁਬਾਰਾ ਨਹੀਂ ਕਰਦਾ ਬਈ ਮੈਂ ਗਲਤੀ। ਨਾਲੇ ਥੋੜ੍ਹਾ ਬਹੁਤ ਆਪਦਾ ਵੀ ਸਟੈਂਡ ਰੱਖਣਾ ਚਾਹੀਦਾ ਹੈ।
ਕੁੜੀਆਂ ਨਾਲ ਤੂੰ ਜਨਮਦਿਨ ਮਨਾਉਂਦਾ ਫਿਰਦਾ ਤੇ ਬਾਪੂ ਤੇਰਾ ਰੋਲਦਾ ਫਿਰਦਾ ਇੱਥੇ। ਇਹ ਗੱਲਾਂ ਨਹੀਂ ਪੁੱਗਦੀਆਂ ਹੁੰਦੀਆਂ। ਨਾਲੇ ਜੇ ਕੋਈ ਗਲਤੀ ਹੋ ਗਈ ਤਾਂ ਮਾਫ਼ ਕਰਿਓ। ਸਤਿ ਸ਼੍ਰੀ ਅਕਾਲ। ਲਾਪਰੇ ਤੇ ਮੈਨੂੰ ਮਾਫ਼ ਕਰ ਦੇ, ਮੈਂ ਫੋਨ ਹੀ ਵੇਚ ਦੂੰਗਾ ਬਸ, ਕੀ ਪਤਾ ਤੈਨੂੰ ਯਕੀਨ ਹੀ ਆ ਜਾਏ। ਫੋਨ ਵੇਚਣ ਦੀ ਲੋੜ ਨਹੀਂ ਹੈਗੀ ਵਰਿੰਦਰ, ਬੰਦੇ ਨੂੰ ਨਾ ਆਪਦਾ ਸਟੈਂਡ ਵੀ ਰੱਖਣਾ ਚਾਹੀਦਾ। ਬਸ ਮੈਨੂੰ ਮਾਫ਼ ਕਰ ਦੇ, ਇਹ ਦੁਬਾਰ ਨਹੀਂ ਕੋਈ ਗਲਤੀ ਕਰਦਾ। ਚੰਗਾ ਬਾਪੂ, ਮਾਫ਼ ਕਰ ਦੇ ਤੂੰ ਵੀ ਮੈਨੂੰ। ਚੰਗਾ ਪੁੱਤ, ਜੇ ਸਿਆਣਾ ਹੋ ਗਿਆ ਤੂੰ ਆਪਦੇ ਆਪ ਨੂੰ ਸੁਧਾਰ ਲਏਗਾ। ਚੰਗਾ, ਤੇ ਹੁਣ ਮੈਂ ਵੀ ਪਸ਼ੂਆਂ ਨੂੰ ਪਾਣੀ ਬਿਲਾ ਹੋ ਗਿਆ, ਮੈਂ ਪਾਣੀ ਪਿਆ ਦਿਆਂ। ਬਾਪੂ ਕੋਈ ਗੱਲ ਨਹੀਂ, ਤੂੰ ਬੈਠ ਇੱਥੇ, ਪਸ਼ੂਆਂ ਨੂੰ ਪਾਣੀ ਮੈਂ ਪਿਆਉਣਾ। ਚੰਗਾ ਫਿਰ ਲਾਪਰੀ, ਤੇ ਮੈਂ ਵੀ ਚੱਲੀ। ਚੰਗਾ ਪ੍ਰੀਤ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ ਹੈ? ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ, ਅਤੇ ਜਿਹੜੀ ਵੀਡੀਓ ਤੁਸੀਂ ਹੁਣੇ ਹੁਣੇ ਵੇਖ ਕੇ ਹਟੇ ਹੋ, ਆਈ ਹੋਪ ਕਿ ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗੀ ਹੋਏਗੀ। ਥੋੜ੍ਹਾ ਜਿਹਾ ਲੋਕੇਸ਼ਨ ਦਾ ਚੱਕਰ ਪੈ ਰਿਹਾ ਸੀ, ਲੋਕੇਸ਼ਨ ਲੱਭ ਰਹੇ ਹਾਂ ਗੁਲਾਬੋ ਦੇ ਅਕੋਰਡਿੰਗ, ਕਿਉਂਕਿ ਤੁਹਾਡੀ ਸਾਰਿਆਂ ਦੇ ਜਿਹੜੇ ਕਮੈਂਟਸ ਆਏ ਸੀ ਗੁਲਾਬੋ ਦੇ ਵੋਟ ਦੇ ਵਿੱਚ ਜ਼ਿਆਦਾ ਸੀਗੇ। ਗੁਲਾਬੋ ਨੂੰ ਵੋਟਾਂ ਵੱਧ ਆਈਆਂ ਸੀ, ਇਸ ਕਰਕੇ ਨੈਕਸਟ ਸੀਜ਼ਨ ਗੁਲਾਬੋ ਦਾ ਹੀ ਹੋਏਗਾ। ਗੁਲਾਬੋ ਸੀਰੀਜ਼ ਬਣ ਰਿਹਾ, ਨੈਕਸਟ ਸੀਜ਼ਨ ਪਤਾ ਨਹੀਂ ਕਿ ਪੰਜਵਾਂ, ਪਤਾ ਨਹੀਂ ਚੌਥਾ ਹੈ ਨਾ, ਪੰਜਵਾਂ ਕਿ ਚੌਥਾ ਹੈ, ਚੌਥਾ। ਅਤੇ ਗੁਲਾਬੋ ਸੀਰੀਜ਼ ਸਟਾਰਟ ਕਰਨਾ, ਉਸ ਤੋਂ ਪਹਿਲਾਂ ਆਪਾਂ ਨੂੰ ਲੋਕੇਸ਼ਨ ਵਧੀਆ ਜੀ ਮਿਲ ਜੇ, ਅਤੇ ਇਸ ਕਰਕੇ ਅਸੀਂ ਵਿਚਾਲੇ ਫਿਰ ਇੱਕ ਸਿੰਗਲ ਵੀਡੀਓ ਅਪਲੋਡ ਕੀਤੀ ਆ, ਤੁਸੀਂ ਇਹਨੂੰ ਵੀ ਢੇਰ ਸਾਰਾ ਪਿਆਰ ਦਿਓ, ਹੈ ਨਾ। ਅਤੇ ਬਾਕੀ ਥੋੜ੍ਹੇ ਦਿਨ ਰੁਕ ਜਾਓ, ਬਸ 2-3 ਦਿਨ ਵੇਟ ਕਰੋ, ਆਪਾਂ ਗੁਲਾਬੋ ਦੇ ਵੈਬ ਸੀਰੀਜ਼ ਨਾਲ ਮਿਲਦੇ ਹਾਂ ਤੁਹਾਨੂੰ। ਅਤੇ ਇਸ ਵਾਰੀ ਸਟੋਰੀ ਇੰਨੀ ਖਤਰਨਾਕ ਹੋਊਗੀ ਨਾ, ਬਾਏ ਗੋਡ, ਅਤੇ ਅੱਧ ਵਿਚਾਲੇ ਨਹੀਂ ਅਸੀਂ ਛੱਡਣਾ ਹੈਗਾ ਇਸ ਵਾਰੀ, ਕਿਉਂਕਿ ਹਰ ਵਾਰੀ ਕਦੇ ਕਦੇ ਇੱਦਾਂ ਹੋ ਜਾਂਦਾ ਵੀ ਅੱਧ ਵਿਚਾਲੇ ਛੱਡੀ ਜਾਂਦੀ ਹੈ ਕਰੈਕਟਰਸ ਦੀ ਵਜ੍ਹਾ ਕਰਕੇ, ਕਿਉਂਕਿ ਆਪਾਂ ਇਸ ਵਾਰੀ ਕਰੈਕਟਰ ਇਹੋ ਜਿਹੇ ਲੈਣੇ ਆ। ਅਤੇ ਮੈਂ ਤਾਂ ਕਹਿੰਦੀ ਇਸ ਵਾਰੀ ਸਾਰਿਆਂ ਦੇ ਸਾਈਨ ਕਰਵਾ ਕੇ ਭੇਜਣੇ ਆ ਮੈਂ, ਕਿਸੇ ਨੂੰ ਬਿਨਾਂ ਸਾਈਨ ਤੋਂ ਮਤਲਬ ਕਿ ਵੀਡੀਓ 'ਚ ਲੈਣਾ ਹੀ ਨਹੀਂ ਹੈਗਾ ਕਰੈਕਟਰ। ਅਤੇ ਬਹੁਤ ਸੋਹਣੀ ਸਟੋਰੀ ਹੋਏਗੀ, ਕਰੈਕਟਰਸ ਵੀ ਸਾਰੇ ਵਧੀਆ ਹੋਣਗੇ ਇਸ ਵਾਰੀ, ਅਤੇ ਤੁਸੀਂ ਸੀਰੀਅਸਲੀ ਕਹਿ ਰਹੀ ਹਾਂ ਮੈਂ, ਇੱਕ ਡਿਫਰੈਂਟ ਜਿਹਾ ਕਨਸੈਪਟ ਹੋਏਗਾ ਜਿਹੜਾ ਕਿ ਸ਼ਾਇਦ ਇਹ ਕੁੜੀ ਤੋਂ ਕਿਸੇ ਤੋਂ ਲਿਖਾਇਆ ਮੈਂ, ਅਤੇ ਉਹ ਕਨਸੈਪਟ ਹੋਏਗਾ ਜਿਹੜਾ ਹੁਣ ਤੱਕ ਕੋਈ ਸ਼ਾਇਦ ਅੱਗੇ ਨਹੀਂ ਲੈ ਕੇ ਆਇਆ, ਐਵੇਂ ਦਾ ਇੱਕ ਕਨਸੈਪਟ ਹੈ। ਅਤੇ ਬਹੁਤ ਸੋਹਣੀ ਵੀਡੀਓ ਹੋਏਗੀ, ਇਸ ਕਰਕੇ ਉਨਾ ਟਾਈਮ 2-3 ਦਿਨ ਵੇਟ ਕਰ ਲਓ, ਉਸ ਤੋਂ ਪਹਿਲਾਂ ਤੁਸੀਂ ਇਹ ਵਾਲੀ ਵੀਡੀਓ ਨੂੰ ਪਿਆਰ ਦੇ ਦਿਓ। ਪਲੀਜ਼ ਬੈਸਟ ਤੋਂ ਬੈਸਟ ਕਮੈਂਟਸ ਕਰਿਓ, ਅਤੇ ਜਿਹੜੇ ਫੇਸਬੁੱਕ 'ਤੇ ਵੇਖ ਰਹੇ ਆ ਫੇਸਬੁੱਕ 'ਤੇ ਵੀ ਆਪਣੇ ਪੇਜ ਨੂੰ ਫੋਲੋ ਕਰ ਲਓ, ਤੁਸੀਂ ਵੀਡੀਓ ਤਾਂ ਵੇਖ ਲੈਂਦੇ ਹੋ ਪੇਜ ਫੋਲੋ ਨਹੀਂ ਕਰਦੇ, ਫੇਸਬੁੱਕ 'ਤੇ ਪੇਜ ਫੋਲੋ ਕਰ ਲਓ, ਅਤੇ ਯੂਟਿਊਬ 'ਤੇ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ। ਅਤੇ ਬਸ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ, ਥੈਂਕ ਯੂ ਸੋ ਮੱਚ।